अस्सलामुअलैकुम दोस्तों, की हाल चाल? मेरा साहब दोस्त खैरियत ना होंगे। अच्छा दोस्तों, मेरा तुहानू पता है कि चैनल का नाम हैगा एग्रीकल्चर फार्मिंग। तो चैनल बनाने का मकसद ये सीगा कि लोगों नू आगाह करना एग्रीकल्चर के मुतलक, ज़रात के मुतलक, खेतीबाड़ी के मुतलक। तो दोस्तों हुण तुहानू भी पता वा कि सीजन शुरू होया होया वा, कणकां दा सीजन शुरू आ, वाढ़ियां लोग कर रहे ने, कणकां गा रहे ने। ते असी हुण आए होए आ, इत्थे थ्रैशर चल रही आ, ते उत्थे आए होए आ, ते कणक निकल रही आ। दोस्तों तुहानू चैक कराने आ, कणकां कढ रहे किद्दां कढदे आ, ते कैसा झाड़ है, सारा कुछ तुहानू दसदा वा। ते लेबर दा भी तुहाडे नाल मुलाकात कराना वा, सारा कुछ ही तुहानू दिखावांगे। तो ये सब कुछ देखने तो पहले दोस्तों मेरे चैनल नू सब्सक्राइब करो, लाइक करो वीडियो नू, ते शेयर लाजमी करना। चलो आयो हुण तुहानू दिखांदा वां थ्रैशर किदां चलदी आ, ते की हिसाब किताब आ इहदे ते, सारा सिस्टम तुहानू मैं चैक करवांदा वां। आयो जी, चलिए दिखावां तुहानू हुण मैं। तो जी दोस्तों चेक करो, थ्रैशर लगी हुई है, तो कणकां निकल रही ने। ऐ बंदा ला रहा जे गाला, आवाज़ तो मेरी तुहानू सुननी कोई नहीं। माशाल्लाह एक गंदम जड़ी आपां के सारा साल खानी आ, वो कट रहे ने। हाँ बंदा हुण भरी सुट के कटिया वा, ते दूसरा बंदा भरी सुटन लगा है। ओ जी धक्का लवा के उन्हें सटारती उत्ते भरी। माशाल्लाह वाहवा सारा कट लिया इन्होंने, तो इतने जी इन्होंने 3 किले कट रहे ने। झाड़ माशाल्लाह कहते बहुत अच्छा निकल रहा। तो दोस्तों पीपिया का हिसाब किताब चलता है, तो कहते जी माशाल्लाह पीपे जड़े है, उम्मीद आ 3 किलों 400 पीपा निकल आएगा।
ਤੇ ਪੀਪੇ ਇੱਕ ਦਾ ਵਜ਼ਨ ਹੈਗਾ ਜੀ 18 ਕਿਲੋ ਗੰਦਮ ਪੈ ਜਾਂਦੀ ਹੈ ਇੱਕ ਪੀਪੇ ਦੇ ਵਿੱਚ ਤੇ ਅੱਗੇ ਔਸਤ ਆਪ ਹੀ ਕੱਢ ਲਓ ਦੋਸਤੋ ਕਿੰਨੀ ਔਸਤ ਨਿਕਲਦੀ ਆ ਕੱਢ ਕੇ ਆਪ ਵੀ ਦੱਸਿਓ ਉਹਦੇ ਨਾਲ ਮੈਨੂੰ ਵੀ ਦੱਸਿਓ ਕਿੰਨੀ ਔਸਤ ਨਿਕਲਦੀ ਆ ਆ ਇੱਕ ਮਜ਼ਦੂਰ ਹੈਗਾ ਇੱਥੇ ਭਰੀਆਂ ਚੱਕਦਾ ਪਿਆ ਇਹਨੂੰ ਪੁੱਛਦੇ ਆਪਾਂ ਕਿ ਕੀ ਹਿਸਾਬ ਕਿਤਾਬ ਝਾੜ ਕਿੱਦਾਂ ਨਿਕਲ ਰਿਹਾ ਦੱਸੋ ਜੀ ਅਸਲਾਮ ਵਾਲੇਕਮ ਭਾਈ ਜਾਨ ਭਾਈ ਜਾਨ ਕੀ ਹਾਲ ਚਾਲ ਹੈ ਭਾਈ ਕੀ ਨਾਮ ਆ ਆਪਣਾ ਅਰਸਲਾਨ ਜੱਟ ਸਾਹਿਬ ਆਪਣਾ ਗੰਦਮ ਅੱਜ ਪਹਿਲੇ ਦਿਨ ਕੱਢ ਰਹੇ ਕਿ ਅੱਗੇ ਵੀ ਕੱਢਦੇ ਹਾਂ ਅੱਗੇ ਵੀ ਕੱਢਦੇ ਹਾਂ ਭਾਈ ਅੱਛਾ ਤੇ ਕਿੰਨਾ ਕੁ ਝਾੜ ਨਿਕਲ ਰਿਹਾ ਐਤਕੀ ਝਾੜ ਐਤਕੀ ਮਾਸ਼ਾ ਅੱਲਾਹ ਠੀਕ ਹੈ ਜੀ ਤਕਰੀਬਨ 110-15-20 ਪੀਪੇ ਇਸ ਤੱਕ ਝਾੜ ਕਿੱਲੇ ਦਾ ਜੀ ਕਿੱਲੇ ਦਾ ਸਹੀ ਆ ਤੇ ਉਸ ਮਣਾਂ ਦੇ ਹਿਸਾਬ ਨਾਲ ਕਿੰਨੀ ਕੁ ਨਿਕਲਦੀ ਪਈ ਆ ਮਣਾਂ ਦੇ ਹਿਸਾਬ ਨਾਲ ਮਾਸ਼ਾ ਅੱਲਾਹ ਜੀ ਅਗਰ ਕਿੱਲੇ ਦਾ 120 ਪੀਪੇ ਆ ਤੇ ਤਕਰੀਬਨ 55-60 ਮਣ ਝਾੜ ਜਿਹੜਾ ਨਾ ਮਾਸ਼ਾ ਅੱਲਾਹ ਐਤਕੀ ਝਾੜ ਪਿਆ ਸਹੀ ਹੋ ਗਿਆ ਮਾਸ਼ਾ ਅੱਲਾਹ ਯਾਨੀ ਕਿ ਐਤਕੀ ਝਾੜ ਚੰਗਾ ਨਿਕਲਦਾ ਪਿਆ ਵਾ ਹਾਂਜੀ ਝਾੜ ਮਾਸ਼ਾ ਅੱਲਾਹ ਸੋਹਣਾ ਨਿਕਲਦਾ ਪਿਆ ਸਹੀ ਹੋ ਗਿਆ ਜੀ ਅੱਛਾ ਤੇ ਤੁਸੀਂ ਆ ਕਿੰਨੀ ਲੇਬਰ ਹੈ ਤੁਹਾਡੀ ਥਰੈਸ਼ਰ ਦੀ ਥਰੈਸ਼ਰ ਦੇ ਮਾਲਕ ਕੌਣ ਨੇ ਥਰੈਸ਼ਰ ਦਾ ਮਾਲਕ ਆ ਜੀ ਮੁਹੰਮਦ ਮਹਾਦ ਅੱਛਾ ਜੀ ਤੇ ਬਾਕੀ ਥਰੈਸ਼ਰ ਤੇ ਬੰਦੇ ਜਿਹੜੇ ਆ ਜੀ ਇਸ ਟਾਈਮ ਤੇ ਫਿਲਹਾਲ 8 ਚੱਲ ਰਹੇ ਆ ਸਹੀ ਆ ਤੇ ਬਾਕੀ ਬੰਦੇ ਵਾਢੀ ਕਰ ਰਹੇ ਆ ਉਹ ਵੀ ਆਣੇ ਆ ਸਹੀ ਉਹ ਦੋਹਾਂ ਤਿੰਨਾਂ ਤਿੰਨਾਂ ਨੂੰ ਆ ਰਹੇ ਆ ਜੀ ਸਹੀ ਸਹੀ ਹਾਂਜੀ ਤੇ ਹਰ ਸਾਲ ਦੇ ਮਤਲਬ ਐਤਕੀ ਤੁਹਾਡਾ ਕੀ ਸੀਨ ਆ ਕਿੰਨੇ ਕੁ ਪੀਪੇ ਅੰਦਾਜ਼ੇ ਨਾਲ ਕੱਢ ਲਓਗੇ ਤੁਸੀਂ ਤਕਰੀਬਨ ਅੱਗੇ ਤਾਂ ਜੀ ਗੱਡੀ ਦੇ ਅੱਲਾ ਕਰੇ ਕੋਈ 8,000-9,000 ਪੀਪਾ ਅਤੇ ਐਤਕੀ ਵੀ ਇਨਸ਼ਾਅੱਲਾ ਅੱਲਾ ਖੈਰ ਕਰੇ ਤਕਰੀਬਨ ਕੋਈ ਉਮੀਦ ਤਾਂ ਬਹੁਤ ਆ ਪਿਛਲੀ ਦਫ਼ਾ ਝਾੜ ਹੀ ਨਿਕਲਿਆ ਸੀਗਾ ਇੰਨਾ ਅਤੇ 8,000 ਹੋਇਆ ਸੀਗਾ ਲੇਕਿਨ ਇਸ ਦਫ਼ਾ ਉਮੀਦ ਤਾਂ ਬਹੁਤ ਆ 10,000 ਤੋਂ ਫਿਰ ਉੱਤੇ ਕੱਢਾਂਗੇ ਚਲੋ ਇਨਸ਼ਾਅੱਲਾ ਅੱਲਾ ਖੈਰ ਕਰੇਗਾ ਜੀ ਅਸਲਾਮ ਅਲੈਕੁਮ ਅੱਛਾ ਜੀ ਦੋਸਤੋ ਆਪਾਂ ਹੁਣ ਅੱਗੇ ਪੁੱਛਿਆ ਲੇਬਰ ਦੇ ਇੱਕ ਬੰਦੇ ਨੂੰ ਉਹਨੇ ਆਪਾਂ ਨੂੰ ਸਾਰਾ ਕੁਝ ਦੱਸਿਆ ਕਿ ਕਿੰਨਾ ਝਾੜ ਨਿਕਲਦਾ ਕੀ ਹਿਸਾਬ ਕਿਤਾਬ ਆ ਅਤੇ ਇਸੇ ਤਰ੍ਹਾਂ ਆਪਾਂ ਹੁਣ ਜਿਹੜੇ ਦਾਣੇ ਪਾ ਰਹੇ ਆ ਉਹਨਾਂ ਨੂੰ ਪੁੱਛਦੇ ਹਾਂ ਉਹ ਦੱਸਦੇ ਆਪਾਂ ਨੂੰ ਕਿ ਕਿੰਨਾ ਕੁ ਗੰਦਮ ਦਾ ਝਾੜ ਨਿਕਲਦਾ ਪਿਆ ਵਾ ਐਤਕੀ ਅਤੇ ਕੀ ਹਿਸਾਬ ਕਿਤਾਬ ਆ ਇਹਨਾਂ ਦਾ ਦਾਣਿਆਂ ਦਾ ਕੀ ਸੀਨ ਬਾਟ ਆ ਇਹਨਾਂ ਦਾ ਲੈਣ ਦਾ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਜੀ ਚਲੋ ਚਲੀਏ ਆਪਾਂ ਉਹਨਾਂ ਦੇ ਕੋਲ ਚੱਲਦੇ ਹਾਂ ਆਵਾਜ਼ ਨਹੀਂ ਆਉਂਦੀ ਹੈਗੀ ਅਤੇ ਲੇਕਿਨ ਉਹਨਾਂ ਨੂੰ ਇੱਧਰ ਆਵਾਜ਼ ਮਾਰ ਕੇ ਪੁੱਛਦੇ ਆਪਾਂ ਕਿ ਅਤੇ ਕੀ ਹਿਸਾਬ ਕਿਤਾਬ ਆ ਕਿੰਨੇ ਕੁ ਨਿਕਲਦੇ ਪਏ ਆ ਝਾੜ ਉਸ ਹਿਸਾਬ ਨਾਲ ਆਪਾਂ ਉਹਨਾਂ ਨੂੰ ਗੱਲ ਕਰਦੇ ਭਾਈਜਾਨ ਉਹ ਬਹੁਤ ਭਾਈ ਬਿਜ਼ੀ ਲੱਗਦੇ ਪਏ ਆ ਉਹਨਾਂ ਨੂੰ ਆਪਾਂ ਹੁਣ ਬਾਅਦ 'ਚ ਪੁੱਛਦੇ ਹਾਂ ਆਪਾਂ ਦੇਖ ਲੈਂਦੇ ਅੱਜ ਕਰ ਫਿਰ ਤੁਰ ਕੇ ਹਿਸਾਬ ਕਿਤਾਬ ਦੋਸਤੋ ਆਪਣੇ ਕੋਲ ਮਾਲਕ ਆ ਗਏ ਥਰੈਸ਼ਰ ਦੇ ਆਪਾਂ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਹੈਲੋ ਭਾਈਜਾਨ ਗੱਲਬਾਤ ਕਰਨ ਆ ਗਏ ਆ ਆਪਾਂ ਉਹਨਾਂ ਨੂੰ ਪੁੱਛਦੇ ਹਾਂ ਕੀ ਹਿਸਾਬ ਕਿਤਾਬ ਆ ਇਹਨਾਂ ਦਾ ਕੀ ਸੀਨ ਆ ਅਸਲਾਮ ਵਾਲੇਕਮ ਭਾਈ ਉਹ ਜਿਹੜੇ ਦਾਣਿਆਂ ਦੇ ਬੰਦੇ ਆ ਨਾ ਤੁਹਾਨੂੰ ਮੈਂ ਉਹਨਾਂ ਕੋਲ ਲੈ ਕੇ ਜਾਂਦਾ ਵਾ ਉਹਨਾਂ ਨੂੰ ਸਹੀ ਪਤਾ ਕੀ ਹਾਲ ਚਾਲ ਆ ਭਾਈ ਜਾਨ ਉਹ ਡਰਦੇ ਪਏ ਆ ਸਾਹ ਜੀ ਆਪਾਂ ਨੂੰ ਦੱਸਣ ਵਾਸਤੇ ਅਸਲਾਮ ਵਾਲੇਕਮ ਭਾਈ ਜਾਨ ਇੱਧਰ ਗੱਲ ਤਾਂ ਸੁਣ ਲਓ ਭਾਈ ਜਾਨ ਮਾਲਕ ਅਤੇ ਇੱਕ ਲੇਬਰ ਦਾ ਬੰਦਾ ਹੈਗਾ ਆਪਾਂ ਠੇਕੇਦਾਰ ਲੇਬਰ ਦਾ ਅਤੇ ਮਾਲਕ ਆ ਥਰੈਸ਼ਰ ਦਾ ਉਹਨਾਂ ਨੂੰ ਪੁੱਛਦੇ ਹਾਂ ਆਪਾਂ ਕਿ
ਫਰੈਸ਼ਰ ਇਹਨਾਂ ਦਾ ਕੀ ਹਿਸਾਬ ਕਿਤਾਬ ਆ ਯਾਨੀ ਕਿ ਕੀ ਸੀਨ ਪਾਠ ਆ ਇਹਨਾਂ ਦਾ। ਅਸਲਾਮ ਅਲੈਕੁਮ ਭਾਈ। ਭਾਈ ਜਾਨ ਕੀ ਨਾਮ ਹੈ ਆਪਣਾ? ਹਮਾਦ। ਭਾਈ ਜਾਨ ਫਰੈਸ਼ਰ ਆਪਣੀ ਆ? ਅੱਛਾ ਅੱਛਾ ਭਾਈ। ਨਿਆਣੇ ਫੱਤਾ ਵੀ ਲੈਣ ਆਏ ਹੋਏ ਆ ਇੱਥੇ। ਢੇਰੀ ਵੀ ਲੱਗੀ ਹੋਈ ਆ ਅਤੇ ਉੱਧਰ ਨਾਲੇ ਸਵਾ ਕਿਲਾ ਰਹਿੰਦਾ ਵੀ ਆ। ਮਾਲਕ ਆ ਕੇ ਆਪ ਹੀ ਉਹਦਾ ਟਰਾਲੀ ਦੇ ਚੜ੍ਹ ਕੇ ਭਰੀਆਂ ਧੱਕੀ ਜਾ ਰਿਹਾ। ਕਣਕ ਭਾਈਜਾਨ ਗਾਹ ਹੋ ਗਈ ਆ, ਝਾੜ ਬਹੁਤ ਨਿਕਲਿਆ ਮਾਸ਼ਾਅੱਲਾ। ਤਿੰਨਾਂ ਕਿੱਲਿਆਂ 'ਚੋਂ 400 ਅਤੇ 2 ਬੀਬੇ ਨਿਕਲੇ ਆ ਅਤੇ ਟਰਾਲੀ ਗਈ ਸੀ ਫਸ ਇਸ ਵਜ੍ਹਾ ਤੋਂ ਟਰੈਕਟਰ ਇੱਕ ਹੋਰ ਲਿਆਉਣਾ ਪਿਆ ਮਗਰ ਲਾਉਣ ਵਾਸਤੇ। ਜਗ੍ਹਾ ਪੱਕੀ ਹੈ ਪਾਣੀ ਹੈ ਕੋਈ ਨਹੀਂ ਲੋੜਾ ਮੇਰਾ।